ਜਿਨੀ ਨਾਮ ਧਿਆਇਆ, ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ। ਹੁਣ ਕਿਹੜੇ ਵਾਲਾ ਨਾਮ ਧਿਆਇਆ, ਇਹ ਸਵਾਲ ਪੈਦਾ ਹੋਊਗਾ ਨਾ। ਹੁਣ ਇਹਦਾ ਮਤਲਬ ਇਹ ਨਹੀਂ ਹੈ ਵੀ ਬਾਕੀ ਆਪਾਂ ਉੱਪਰਲੀਆਂ ਚਾਰ ਪੰਕਤੀਆਂ ਨੂੰ ਛੱਡ ਕੇ ਹੁਣ ਇੱਥੇ ਜਦੋਂ ਜਿਨੀ ਨਾਮ ਧਿਆਇਆ ਦੀ ਗੱਲ ਆ ਗਈ ਤੇ ਇੱਥੇ ਜ਼ੋਰ ਜ਼ੋਰ ਦੀ ਬੰਦੇ ਨੇ ਢੋਲਕੀ ਕੁੱਟਣੀ ਸ਼ੁਰੂ ਕਰ ਦਿੱਤੀ ਤੇ ਵਾਹਿਗੁਰੂ ਵਾਹਿਗੁਰੂ ਇਕੱਲਾ ਕਰਨਾ ਸ਼ੁਰੂ ਕਰਤਾ। ਹਾਂ, ਕੋਈ ਆਖੇ ਵਾਹਿਗੁਰੂ ਮਾੜੀ ਗੱਲ ਨਹੀਂ ਹੈ, ਪਰ ਸਾਨੂੰ ਪੂਰੀ ਇੱਕ ਤਰਤੀਬ ਦੇ ਵਿੱਚ ਇਹਦੇ ਅਰਥ ਸਮਝਣੇ ਪੈਣਗੇ। ਹੁਣ ਇੱਥੇ ਜਿਨੀ ਨਾਮ ਧਿਆਇਆ ਦਾ ਅਰਥ ਪਤਾ ਕੀ ਹੈ, ਜਿਹੜੀ ਤੀਜੀ ਪੰਕਤੀ ਆਈ ਸੀ ਨਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਿ ਚੰਗਿਆਈ ਤੇ ਬੁਰਿਆਈ ਦੀ ਵਿਚਾਰ ਕਰ, ਕਿਹੜੇ ਕੰਮ ਚੰਗੇ ਨੇ ਤੈਨੂੰ ਕਰਨੇ ਚਾਹੀਦੇ ਨੇ, ਕਿਹੜੇ ਕੰਮ ਮਾੜੇ ਨੇ ਤੈਨੂੰ ਨਹੀਂ ਕਰਨੇ ਚਾਹੀਦੇ। ਅਸਲ ਦੇ ਵਿੱਚ ਇਸ ਨੂੰ ਆਖਿਆ ਗਿਆ ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਆਹ ਵਾਲਾ ਨਾਮ ਧਿਆਉਣਾ ਸਿੱਖ ਲਿਆ ਹੈ ਕਿ ਕਿਹੜੇ ਕੰਮ ਚੰਗੇ ਨੇ ਮੈਨੂੰ ਕਰ ਲੈਣੇ ਚਾਹੀਦੇ ਨੇ, ਕਿਹੜੇ ਕੰਮ ਮਾੜੇ ਨੇ ਮੈਨੂੰ ਨਹੀਂ ਕਰਨੇ ਚਾਹੀਦੇ। ਆਪਾਂ ਜਦੋਂ ਅਰਦਾਸ ਕਰਦੇ ਹਾਂ ਨਾ, ਅਰਦਾਸ ਦੇ ਵਿੱਚ ਆਪਾਂ 7 ਤਰ੍ਹਾਂ ਦਾ ਦਾਨ ਮੰਗਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਅੱਗੇ ਕੀ ਆਉਂਦਾ ਜੀ, ਵਿਵੇਕ ਦਾਨ। ਵਿਵੇਕ ਦਾਨ, ਵਿਵੇਕ ਦਾ ਮਤਲਬ ਵੀ ਇਹ ਹੁੰਦਾ ਚੰਗੇ ਤੇ ਮੰਦੇ ਦੀ ਪਰਖ ਕਰਨ ਵਾਲੀ ਬੁੱਧੀ, ਰੱਬ ਜੀ ਮੈਨੂੰ ਉਹ ਬੁੱਧੀ ਦਿਓ ਮੈਂ ਪਰਖ ਕਰ ਸਕਾਂ, ਆਹ ਕੰਮ ਚੰਗਾ ਹੈ ਮੈਂ ਕਰ ਲਵਾਂ, ਆਹ ਕੰਮ ਮਾੜਾ ਹੈ ਮੈਂ ਛੱਡ ਦਿਆਂ। ਇਸ ਨੂੰ ਆਖਿਆ ਇਹ ਨਾਮ ਧਿਆਉਣਾ, ਜਿਸ ਦਿਨ ਬੰਦੇ ਨੇ ਆਹ ਵਾਲਾ ਨਾਮ ਧਿਆਉਣਾ ਸਿੱਖ ਲਿਆ ਨਾ, ਵੀ ਮਾੜੇ ਕਰਮ ਮੈਂ ਅੱਜ ਤੋਂ ਨਹੀਂ ਕਰਨੇ, ਮੈਂ ਚੰਗੇ ਕਰਮ ਕਰਨੇ, ਗੁਰੂ ਪਾਤਸ਼ਾਹ ਕਹਿੰਦੇ ਜੀਵਨ ਉਦਨ ਸਵਰੇਗਾ। ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਇਹ ਵਾਲਾ ਨਾਮ ਧਿਆਉਣਾ ਸਿੱਖ ਲਿਆ, ਚੰਗੇ ਗੁਣਾਂ ਨੂੰ ਜੀਵਨ 'ਚ ਲਿਆਉਣਾ ਸਿੱਖ ਲਿਆ, ਗਏ ਮਸ਼ਕਤ ਕਾਲ, ਕਹਿੰਦੇ ਉਹ ਲੋਕ ਇਸੇ ਜੀਵਨ ਦੇ ਵਿੱਚ ਆਪਣੀ ਮਿਹਨਤ ਨੂੰ ਸਫਲੇ ਕਰਕੇ ਗਏ, ਉਹਨਾਂ ਦੀ ਮਿਹਨਤ ਸਫਲ ਹੀ ਹੋ ਗਈ। ਗਏ ਮਸ਼ਕਤ ਕਾਲ, ਤੇ ਹੋਇਆ ਕੀ, ਨਾਨਕ, ਹੇ ਨਾਨਕ ਤੇ ਮੁੱਖ ਉਜਲੇ, ਉਹਨਾਂ ਦੇ ਮੁੱਖ ਜਿਹੜੇ ਸੀ ਨਾ ਉਹ ਉਜਲੇ ਹੋਏ, ਮੁੱਖ ਉਜਲ ਹੋ ਗਏ। ਹੁਣ ਮੁੱਖ ਉਜਲ ਹੋਣ ਦਾ ਮਤਲਬ ਕੇਵਲ ਬਾਹਰਲੇ ਤੌਰ ਦੇ ਉੱਤੇ ਨਾ ਲੈ ਲਿਓ, ਹੋ ਸਕਦਾ ਇਹ ਕਿ ਜਿੰਨੇ ਪ੍ਰਮਾਤਮਾ ਦੀ ਗੱਲ ਮੰਨੀ ਹੋਵੇ ਨਾ, ਸ਼ਾਇਦ ਉਹਦਾ ਰੰਗ ਥੋੜ੍ਹਾ ਸਾਂਵਲਾ ਹੋਵੇ, ਬਾਹਰੋਂ ਦੀ ਉਹ ਬਹੁਤਾ ਗੋਰਾ ਗੋਰਾ ਨਾ ਹੋਵੇ, ਪਰ ਮਨ ਕਰਕੇ ਗੋਰਾ ਹੋ ਗਿਆ ਹੈ। ਮੁੱਖ ਉਜਲ ਹੋਣ ਦਾ ਮਤਲਬ ਪਤਾ ਕੀ ਹੈ, ਰੱਬ ਜੀ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਣਾ। ਹੋ ਸਕਦਾ ਉਸ ਬੰਦੇ ਦਾ ਰੰਗ ਭਾਵੇਂ ਸਾਂਵਲਾ ਵੀ ਹੋਵੇ। ਹੁਣ ਭਗਤ ਸੂਰਦਾਸ ਜੀ, ਉਹਨਾਂ ਨੂੰ ਇਹਨਾਂ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਵੈਸੇ ਉਹਨਾਂ ਨੂੰ ਇਹਨਾਂ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਹੈ, ਭਾਵੇਂ ਇੱਕ ਪੰਕਤੀ ਹੈ, ਪਰ ਉਹਨਾਂ ਨੂੰ ਭਗਤਾਂ ਦੇ ਵਿੱਚ ਸਤਿਕਾਰ ਦਿੱਤਾ ਗਿਆ। ਤੇ ਮੇਰੇ ਵਰਗਾ ਬੰਦਾ ਜਿਹਦੀਆਂ ਅੱਖਾਂ ਵੀ ਹੈਗੀਆਂ ਨੇ, ਸਾਡੇ ਕੋਲ ਬਾਣੀ ਨਹੀਂ ਪੜ੍ਹੀ ਜਾਂਦੀ, ਬਾਣੀ ਕੰਠ ਨਹੀਂ ਹੁੰਦੀ, ਕਿੰਨੇ ਦਰਬਾਰ ਸਾਹਿਬ ਦੇ ਐਸੇ ਰਾਗੀ ਨੇ, ਕਿੰਨੇ ਰਾਗੀ ਸਿੰਘ ਐਸੇ ਨੇ ਜਿਹੜੇ ਇਹਨਾਂ ਅੱਖਾਂ ਦੇ ਨਾਲ, ਸਰੀਰਕ ਅੱਖਾਂ ਦੇ ਨਾਲ ਵੇਖ ਨਹੀਂ ਸਕਦੇ, ਪਰ ਕਿੰਨੇ ਕਿੰਨੇ ਸ਼ਬਦ ਉਹਨਾਂ ਨੂੰ ਜ਼ਬਾਨੀ ਚੇਤੇ ਨੇ। ਤੇ ਮੇਰੇ ਵਰਗਾ ਬੰਦਾ ਜਿਹੜਾ ਅੱਖਾਂ ਨਾਲ ਵੇਖ ਸਕਦਾ, ਮੈਨੂੰ ਅਰਦਾਸ ਵੀ ਚੇਤੇ ਨਹੀਂ ਹੁੰਦੀ। ਇਹ ਨੁਕਤੇ ਨੇ ਨਾ ਵਿਚਾਰਨ ਵਾਲੇ, ਵੀ ਉਹਨਾਂ ਦੀਆਂ ਤਾਂ ਚਲੋ ਅੱਖਾਂ ਨਹੀਂ ਹੈਗੀਆਂ ਸਰੀਰਕ ਤੌਰ ਦੇ ਉੱਤੇ, ਪਰ ਕਿੰਨੀ ਬਾਣੀ ਕੰਠ ਹੈ। ਤੇ ਜਿਹਦੀਆਂ ਅੱਖਾਂ ਹੁੰਦੀਆਂ ਨੇ, ਅੱਗੇ ਕਾਰਡ ਰੱਖ ਕੇ ਬੈਠਾ ਹੁੰਦਾ ਬੜੀ ਵਾਰੀ, ਵੀ ਕਾਰਡ ਰੱਖ ਕੇ ਸ਼ਬਦ ਵੇਖ ਵੇਖ ਕੇ ਪੜ੍ਹਦਾ ਪਿਆ, ਪਰ ਇੱਕ ਪਾਸੇ ਉਹ ਨੇ ਉਹਨਾਂ ਦੀ ਅੱਖਾਂ ਨੇ, ਉਹਨਾਂ ਨੂੰ ਸ਼ਬਦ ਕੰਠ ਨੇ, ਇਹ ਫਰਕ ਹੁੰਦਾ ਹੈ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ। ਮੁੱਖ ਉਜਲ ਕਿਵੇਂ ਹੋਣਗੇ, ਜਿੱਦਣ ਗੁਰੂ ਦੀ ਗੱਲ ਮੰਨੀ ਉਦਣ ਮੁੱਖ ਉਜਲ ਹੋਣਗੇ। ਨਾਨਕ ਤੇ ਮੁੱਖ ਉਜਲੇ, ਕੇਤੀ ਛੁੱਟੀ ਨਾਲ। ਆਪਾਂ ਜਦੋਂ ਇਹ ਅਖੀਰਲੀ ਪੰਕਤੀ ਪੜ੍ਹਦੇ ਹਾਂ ਨਾ, ਤੇ ਆਪਾਂ ਕਈ ਵਾਰੀ ਪੜ੍ਹ ਜਾਂਦੇ ਹਾਂ ਕੇਤੀ ਛੁੱਟੀ ਨਾਲ, ਛੁੱਟੀ। ਹੁਣ ਕਈਆਂ ਨੂੰ ਇਹ ਲੱਗਦਾ ਵੀ ਸ਼ਾਇਦ ਜਪਜੀ ਸਾਹਿਬ ਖਤਮ ਹੁੰਦਾ ਪਿਆ ਤੇ ਗੁਰੂ ਨਾਨਕ ਸਾਹਿਬ ਨੇ ਲਿਖ ਦਿੱਤਾ ਵੀ ਹੁਣ ਛੁੱਟੀ ਹੋ ਗਈ, ਚਲੋ ਹੁਣ ਘਰਾਂ ਨੂੰ, ਜਪਜੀ ਸਾਹਿਬ ਮੁੱਕ ਗਿਆ ਕੇਤੀ ਛੁੱਟੀ ਨਾਲ, ਵੀ ਛੁੱਟੀ ਹੋ ਗਈ। ਉਹ ਛੁੱਟੀ ਨਹੀਂ ਹੈ ਉੱਥੇ, ਉੱਥੇ ਅੱਧਕ ਨਹੀਂ ਲੱਗਾ ਹੋਇਆ, ਉਹਨੂੰ ਛੁੱਟੀ ਨਹੀਂ ਪੜ੍ਹਨਾ, ਉਹਨੂੰ ਪੜ੍ਹਨਾ ਹੈ ਛੁੱਟੀ, ਛੁੱਟੀ। ਛੁੱਟੀ ਤੇ ਛੁੱਟੀ ਵਿੱਚ ਬੜਾ ਫਰਕ ਹੈ। ਹੁਣ ਜਦੋਂ ਕਹਿੰਦੇ ਪਏ ਨੇ ਨਾ ਕੇਤੀ ਛੁੱਟੀ ਨਾਲ, ਉੱਥੇ ਕੇਤੀ ਛੁੱਟੀ ਨਾਲ ਦਾ ਮਤਲਬ ਹੈ ਵੀ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ, ਉਹਨਾਂ ਦੇ ਕੋਲੋਂ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਲਿਆ ਕਿਸੇ ਹੋਰ ਨੇ। ਆਪਾਂ ਸੌਖੀ ਜਿਹੀ ਐਗਜ਼ਾਮਪਲ ਲੈ ਲਈਏ ਵੀ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੀ ਗੱਲ ਮੰਨੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੀ ਗੱਲ ਮੰਨੀ ਹੈ। ਹੁਣ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਰੱਬ ਜੀ ਦਾ ਉਪਦੇਸ਼ ਲਿਆ ਨਾ, ਉਹ ਭਾਵੇਂ ਸੱਜਣ ਠੱਗ ਸੀਗਾ, ਭਾਵੇਂ ਉਹ ਭੂਮੀਆਂ ਚੋਰ ਸੀ, ਭਾਵੇਂ ਉਹ ਕਲਯੁਗੀ ਪੰਡਾ ਸੀ, ਗੁਰੂ ਨਾਨਕ ਸਾਹਿਬ ਜੀ ਆਪ ਦੇ ਵਿਕਾਰਾਂ ਦੇ ਬੰਧਨਾਂ ਦੇ ਵਿੱਚੋਂ ਛੁੱਟੇ ਹੀ ਛੁੱਟੇ,
गुरु नानक साहब जी की संगत करके रब की विचार जो सज्जन ठग ने अपने जीवन च वसाई तो वह भी छुट गया माया के बंधना के विचों, वह भाई सज्जन बन गया। केती छुट्टी नाल दा मतलब है माया के बंधना तो छुट जाना। जिन्होंने गुरु के हुक्म नूं मन लिया उन्होंने मुख उज्जल होए ते केती छुट्टी नाल जिथे वह भले लोग आप माया के बंधना तो छुट जाते हैं तो जिहड़े उन्होंने नाल जुड़ते हैं रब की विचार नूं अपने जीवन च कमाउंदे ने वह भी माया के बंधना तो छुट जाते हैं। ये गुरु नानक साहब महाराज जी के इस पावन श्लोक की विचार हो सकता है सानू पढ़दियां नूं कई 40 साल 50 साल 30 साल हो गए हुण पर आपां कदी विचार ना कीती होवे। हर एक गुरबाणी का शब्द गुरबाणी की पौड़ी कोई भी श्लोक जिहड़ा है ना बड़ी डूंगी विचार है। जदों आपां विचारांगे बड़ा कुछ उहदे विचों खजाना जिहड़ा है सानू मिलेगा। इसे करके बेनती की जाती है कि आप भी बाणी नूं आपां पढ़ीए ते जिन्नी का आपां विचार सकते हैं विचारन की कोशिश करिए। अजकल तो बड़ा सौखा तरीका आ गया ना, बाणी दियां पोथियां मिल जांदियां ने, सीडियां मिल जांदियां ने, बड़ा कुछ है। इंटरनेट हुण ते आम पिंडां दे विच भी आ गया, घरां विच लगा होया इंटरनेट उत्ते सब कुछ हैगा। पर जे कोई उद्यम करना चाहे तो आओ आपां वी बाणी नाल जुड़िए, जो सानू भी समझ आवे गुरु पातशाह सानू की समझाना चाहते ने।